10 ਮਿੰਟਾਂ ਦੇ ਵਿੱਚ ਇਹ ਬੱਚਾ ਕਰੋੜਪਤੀ ਬਣ ਗਿਆ। ਰਾਤੋ ਰਾਤ ਇਸ ਦੀ ਕਿਸਮਤ ਚਮਕੀ ਹੈ। ਡ੍ਰੀਮ 11 ਦੇ ਵਿੱਚ ਇਸਨੇ 3 ਕਰੋੜ ਰੁਪਇਆ ਜਿੱਤਿਆ ਹੈ। ਰਾਤੋ ਰਾਤ ਇਹ ਕਰੋੜਾਂ ਦਾ ਮਾਲਿਕ ਬਣ ਗਿਆ। ਪਰਿਵਾਰ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਦੱਸਦੇ ਕਿ ਛੋਟੀ ਉਮਰ ਤੋਂ ਹੀ ਇਹ ਬੱਚਾ ਕ੍ਰਿਕਟ ਦਾ ਸ਼ੌਂਕ ਰੱਖਦਾ। ਘਰਦਿਆਂ ਦੇ ਫੋਨ ਤੋਂ ਇਸਨੇ 3 ਕਰੋੜ ਜਿੱਤੇ ਨੇ। ਸ਼੍ਰੀ ਅਨੰਦਪੁਰ ਸਾਹਿਬ ਦੇ ਹਿਮਾਚਲ ਬਾਰਡਰ ਤੇ ਸਥਿਤ ਪਿੰਡ ਜੰਡੋਰੀ ਦੇ ਵਿੱਚ ਇੱਕ ਸਧਾਰਨ ਪਰਿਵਾਰ ਜਿਸਦਾ ਮੁਖੀਆ ਇੱਕ ਫੋਟੋਗ੍ਰਾਫੀ ਦਾ ਕੰਮ ਕਰਦਾ ਹੈ, ਉਸਦੇ ਬੱਚੇ ਨੇ ਕੁਝ ਪੈਸੇ ਖਰਚ ਕੇ ਮੋਬਾਈਲ ਤੇ ਡ੍ਰੀਮ 11 ਕ੍ਰਿਕਟ ਦੀ ਟੀਮ ਬਣਾਈ। ਇਸ ਵੱਲੋਂ ਬਣਾਈ ਗਈ ਟੀਮ ਨੇ ਜਿੱਤ ਹਾਸਲ ਕੀਤੀ ਤੇ ਇਸ ਬੱਚੇ ਨੇ 3 ਕਰੋੜ ਦਾ ਇਨਾਮ ਰਾਤੋ ਰਾਤ ਜਿੱਤ ਲਿਆ। ਸੋ ਮਹਿਜ਼ 10 ਮਿੰਟਾਂ ਦੇ ਵਿੱਚ ਇਸ ਬੱਚੇ ਨੇ ਘਰ ਦੇ ਹਾਲਾਤਾਂ ਨੂੰ ਬਦਲ ਕੇ ਰੱਖ ਦਿੱਤਾ। ਮੇਰਾ ਗੁਰੂ ਰਾਣਾ ਹੈ। ਗੁਰੂ ਰਾਣਾ ਕੀ ਖੇਡਦਾ ਸੀਗਾ ਤੂੰ? ਕਿਵੇਂ ਤੈਨੂੰ ਪਤਾ ਲੱਗਿਆ ਵੀ ਖੇਡਣਾ ਚਾਹੀਦਾ? ਸਿੱਖਿਆ ਕਿੱਦਾਂ? ਮੈਂ ਡ੍ਰੀਮ 11 ਖੇਡਦਾ ਜੀ। ਮੈਂ ਇੱਦਾਂ ਹੀ ਟੀਮ ਲਾ ਦਿੰਦਾ ਸੀ। ਕੱਲ ਮੈਂ ਥੋੜਾ ਜਿਹਾ ਸੋਚਿਆ, ਫਿਰ ਲਾ ਕੇ ਦਿੰਦਾ ਜੀ। ਫਿਰ ਨੌਲੇਜ ਸੀ ਤੁਹਾਨੂੰ? ਨੌਲੇਜ ਸੀ ਜੀ। ਕਿਹੜੀ ਚੱਕ ਦੇਣ ਨਾਲ ਤੇ? ਹਾਂ ਜੀ, ਚੱਕ ਦੇ ਨਾਲ ਟੀਮ, ਬਸ ਟੀਮ ਬਣਾਉਂਦੇ ਜੀ। ਕਿੱਦਾਂ ਬਣਾਉਂਦੇ? ਕਿੱਦਾਂ ਬਣਾਉਂਦੇ? ਜੀ ਪਲੇਅਰ ਸਿਲੈਕਟ ਕਰਨੇ ਹੁੰਦੇ ਜੀ, ਉਹ ਵੀ ਕਿਸ ਨੇ? ਕਿੰਨੀ ਦੇਰ ਤੋਂ ਖੇਡਦੇ ਹੋ ਤੁਸੀਂ? 10 ਵਾਰ ਦਿਨ ਹੋਈ। ਅੱਛਾ, 10 ਵਾਰ ਤੁਸੀਂ ਦੱਸੋ ਕਿਤੇ। ਹਾਂ, ਤੇ ਹੁਣ ਕਿੰਨੇ ਪੈਸੇ ਜਿੱਤੇ? ਹੁਣ 3 ਕਰੋੜ ਜਿੱਤੇ। ਕਿਹੜੀ ਕਲਾਸ ਪੜ੍ਹਦਾ? ਮੈਂ +2 ਤੋਂ ਹੋਇਆ। ਕਿੱਦਾਂ ਲੱਗ ਰਿਹਾ? ਬਸ ਵਧੀਆ। ਛੋਟੀ ਉਮਰ? ਛੋਟੀ ਉਮਰ 'ਚ ਬਸ ਵਧੀਆ ਜੀ। ਕਰੋੜਪਤੀ ਬਣ ਗਿਆ? ਹਾਂ ਜੀ। ਟੀਮ ਕੱਲ ਡੈਡੀ ਨੇ 100 ਰੁਪਏ ਪਾਇਆ ਥਾ ਜੀ, ਫਿਰ ਰੈਂਕ ਮੇਰਾ ਉੱਪਰ ਉੱਪਰ ਆਉਂਦਾ ਰਿਹਾ ਜੀ, ਮੈਂ ਪਹਿਲੇ ਵਾਰ ਆ ਗਿਆ। ਕਿੰਨੇ ਵਜੇ ਜਿੱਤੇ? ਮੈਂ 3 ਕਰੋੜ ਜਿੱਤੇ ਜੀ। ਰਾਤ ਸੌ ਗਿਆ ਸੀ? ਹਾਂਜੀ ਹਾਂਜੀ, 3 ਵਜੇ ਸੌ ਗਿਆ। ਜਿੱਤਣ ਤੋਂ ਬਾਅਦ ਨੀਂਦ ਆਈ? ਨਹੀਂ ਨਹੀਂ, ਹੈ ਨਹੀਂ ਆਈ। ਕਿੱਦਾਂ ਦਾ ਫੀਲ ਕਰਦੇ ਹੁਣ? ਬਹੁਤ ਖੁਸ਼ੀ ਹੋ ਰਹੀ ਜੀ। ਮੇਰਾ ਕ੍ਰਿਸ਼ਨ ਦੇਵ ਹੈ ਜੀ। ਕ੍ਰਿਸ਼ਨ ਦੇਵ ਜੀ, ਪਹਿਲਾਂ ਤਾਂ ਤੁਹਾਨੂੰ ਬਣਾਇਆ, ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ 11 ਖੇਡ ਕੇ ਕਾਫੀ ਪੈਸੇ ਜਿੱਤੇ ਆ? ਕੀ ਸੋਚਦੇ ਸੀ ਇੱਦਾਂ ਦਾ ਚੰਬਾ ਹੋ ਸਕਦਾ ਹੈ? ਕੀ ਗੇਮ ਬਾਰੇ ਤੁਹਾਨੂੰ ਪਤਾ ਸੀਗਾ? ਕਿੱਦਾਂ ਲੱਗ ਰਿਹਾ ਤੁਹਾਨੂੰ? ਕਿਵੇਂ ਦੀ ਫੀਲਿੰਗ ਜੀ? ਮੈਂ ਸੋਚ ਨਹੀਂ ਸਕਦਾ ਕਦੀ ਵੀ ਕਿ ਕਿਆ ਹੋਣਾ ਕਿਆ ਨਹੀਂ, ਅਤੇ ਬਸ ਮੈਂ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਇਹ ਹੋਇਆ ਤਾਂ ਹੋਇਆ ਕਿਆ ਜੀ, ਅਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ, ਠੀਕ ਹੋ ਰਿਹਾ, ਬਹੁਤ ਵਧੀਆ ਲੱਗ ਰਿਹਾ ਜੀ। ਟੀਮ ਬਾਰੇ ਤੁਹਾਨੂੰ ਪਤਾ ਸੀ ਵੀ ਬੱਚੇ ਕਿਆ ਖੇਡਦੇ ਆ, ਟੀਮ ਕਿਆ ਹੁੰਦੀ ਹੈ ਪਹਿਲਾਂ ਪਤਾ ਕੁਛ? ਨਹੀਂ, ਮੈਨੂੰ ਇੰਨਾ ਨਹੀਂ ਪਤਾ ਸੀਗਾ, ਮੈਨੂੰ ਥੋੜ੍ਹਾ ਹੀ ਪਤਾ ਸੀਗਾ ਵੀ ਕੋਈ ਲਾਉਂਦੇ ਆ ਟੀਮ ਵਗੈਰਾ। ਮੈਂ ਬੱਚੇ ਨੂੰ ਬੋਲਿਆ ਅਤੇ ਕਹਿੰਦਾ ਡੈਡੀ ਟੀਮ ਲਾਉਣੀ, ਮੈਂ ਕਿਹਾ ਲਾ ਦੇ ਕਰ ਤੂੰ ਜੋ ਲਾਉਣੀ ਹੈ, ਅਤੇ ਹੋਰ ਮੈਨੂੰ ਕੁਛ ਨਹੀਂ ਪਤਾ। ਬੱਚੇ ਦਾ ਨਾਮ ਕੀ ਹੈ ਜੀ? ਬੱਚੇ ਦਾ ਗੌਰਵ ਰਾਣਾ ਜੀ। ਕਿਹੜੀ ਕਲਾਸ ਪੜ੍ਹਦਾ? ਇਹ +2 ਪੜ੍ਹਦਾ। ਅਤੇ ਹੁਣ ਇਹ ਕਿੰਨੇ ਪੈਸੇ ਜਿੱਤੇ ਅਤੇ ਕਿਹੜੀ ਟੀਮ ਖੇਡਦਾ ਸੀਗਾ? ਹੁਣ ਘਰ ਦਾ ਮਾਹੌਲ ਕਿੱਦਾਂ ਦਾ? ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ, ਵੈਸੇ ਸਾਰੇ ਬੜੇ ਖੁਸ਼ ਹੋ ਰਹੇ, ਅਤੇ ਇਹ ਟੀਮ ਆਪਣੇ ਮੁਤਾਬਕ ਹੀ ਲਾ ਰਿਹਾ ਤਾਂ ਉਹ ਤਾਂ ਮਤਲਬ ਮੈਨੂੰ ਵੀ ਨਹੀਂ ਪਤਾ ਜੀ, ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ, ਅਤੇ 3 ਕਰੋੜ ਵਿਨਿੰਗ ਕੀਤਾ ਹੈ। ਛੋਟੇ ਜਿਹੇ ਹਿਮਾਚਲ ਦੇ ਛੋਟੇ ਜਿਹੇ ਪਿੰਡ 'ਚ ਰਹਿੰਦੇ ਤੁਸੀਂ, ਇੰਨੇ ਬੱਚੇ ਨੇ ਇੰਨਾ ਅਚੀਵਮੈਂਟ ਕੀਤੀ ਹੈ, ਲੋਕ ਬੜੇ ਦੂਰ ਰਹਿੰਦੇ ਆ, ਕਿਵੇਂ ਦੇ ਲੋਕਾਂ ਨੂੰ ਲਾਈਏ ਦੇ, ਕੀ ਸੋਚਦੇ, ਕਿਵੇਂ ਦਾ ਕਿਹਦਾ ਧੰਨਵਾਦ ਕਰਨਾ? ਮੈਂ ਤਾਂ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ, ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰ ਇੰਨੀ ਮਿਹਰਬਾਨੀ ਰੱਖੀ ਜੀ। ਹਾਲਾਤ ਕਿੱਦਾਂ ਸੀ ਘਰ ਦੇ ਪਹਿਲਾਂ? ਹਾਲਾਤ ਠੀਕ ਸੀਗੇ, ਵੈਸੇ ਇੰਨੇ ਵੀ ਮਾੜੇ ਨਹੀਂ ਸੀ, ਮਤਲਬ ਠੀਕ ਦੇ ਆਪਣੇ, ਅਤੇ ਆਈ ਚਲਾਈ ਬੜੀਆ ਚੱਲੀ ਸੀ ਜੀ, ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ, ਹੁਣ ਤਾਂ ਰੱਬ ਦਾ ਹੀ ਸ਼ੁਕਰ ਜੀ। ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਜੀ ਵੀ ਮੈਂ ਇੰਨੇ ਪੈਸੇ ਸੋਚਿਆ ਸੀ ਜੀ, ਸਭ ਦਾ ਹੱਥ ਜੀ ਮੇਰੇ ਭੋਲੇ ਸ਼ੰਕਰ ਦਾ ਮੇਰੇ ਕੋਲ।